ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਢਿੱਲੋਂ ਗੋਦ ਬਾਰੇ, ਜਿਨ੍ਹਾਂ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ ਅਤੇ ਆਪਣੀ ਵੱਖਰੀ ਪਹਿਚਾਣ ਬਣਾਈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਢਿੱਲੋਂ ਸਰੋਆਂ ਰਾਜਪੂਤਾਂ ਵਿੱਚੋਂ ਨੇ। 8ਵੀਂ ਸਦੀ ਵਿੱਚ ਤੂਰਾਂ ਨੇ ਸ਼ਾਹ ਸਰੋਆਂ ਦੇ ਵੰਸ਼ ਦੇ ਲੋਕਾਂ ਢਿੱਲੋਂ, ਸੰਘੇ, ਮੱਲੀ, ਦੋਸਾਂਝ ਅਤੇ ਢੀਂਡਸੇ ਭਾਈਚਾਰੇ ਦੇ ਲੋਕਾਂ ਤੋਂ ਦਿੱਲੀ ਖੋਹੀ ਸੀ। ਉਸ ਸਮੇਂ ਇਹ ਦਿੱਲੀ ਛੱਡ ਕੇ ਰਾਜਸਥਾਨ ਵੱਲ ਆ ਗਏ। ਕਾਫ਼ੀ ਸਮੇਂ ਬਾਅਦ ਇਸ ਭਾਈਚਾਰੇ ਦੇ ਲੋਕ ਸਿਰਸੇ ਅਤੇ ਬਠਿੰਡੇ ਦੇ ਬਾਂਗਰ ਇਲਾਕੇ ਵਿੱਚ ਆ ਗਏ। ਸਿਰਸੇ ਅਤੇ ਬਠਿੰਡੇ ਦੇ ਇਲਾਕੇ ਤੋਂ ਉੱਠ ਕੇ ਇਸ ਸਾਰੇ ਪੰਜਾਬ ਵਿੱਚ ਖਿਲਰ ਗਏ। ਕੁਝ ਕੁ ਬਠਿੰਡੇ ਤੋਂ ਚੱਲ ਕੇ ਅੱਗੇ ਫਿਰੋਜ਼ਪੁਰ ਅਤੇ ਲੁਧਿਆਣੇ ਸਤਲੁਜ ਇਲਾਕੇ ਦੇ ਨਾਲ ਲੱਗਦੇ ਖੇਤਰਾਂ ਵਿੱਚ ਪਹੁੰਚ ਗਏ। ਫਿਰੋਜ਼ਪੁਰ ਦੇ ਬਹੁਤੇ ਢਿੱਲੋਂ ਮਾਝੇ ਵੱਲ ਚਲੇ ਗਏ ਅਤੇ ਲੁਧਿਆਣੇ ਖੇਤਰ ਤੋਂ ਬਹੁਤੇ ਢਿੱਲੋਂ ਦੁਆਬਾ ਵੱਲ ਚਲੇ ਗਏ। ਕੁਝ ਢਿੱਲੋਂ ਗੁਜਰਾਂਵਾਲਾਂ ਤੱਕ ਚਲੇ ਗਏ। ਢਿੱਲੋਂ ਸੂਰਜਵੰਸ਼ੀ ਮੰਨੇ ਜਾਂਦੇ ਨੇ। ਅੰਮ੍ਰਿਤਸਰ ਦੇ ਇਲਾਕੇ ਦੇ ਢਿੱਲੋਆਂ ਦੀ ਬੰਸਾਵਲੀ ਅਨੁਸਾਰ ਇਹ ਮਹਾਂਭਾਰਤ ਦੇ ਸੂਰਮੇ ਅਤੇ ਮਹਾਨ ਦਾਨੀ ਰਾਜਾ ਕਰਨ ਦੇ ਪੁੱਤਰ ਲੋਹ ਸੈਨ ਦੇ ਪੁੱਤਰ ਢਿੱਲੋਂ ਦੀ ਔਲਾਦ ਨੂੰ ਕਰਨ ਕੁਰੂਕਸ਼ੇਤਰ ਦੇ ਯੁੱਧ ਵਿੱਚ ਮਾਰਿਆ ਗਿਆ ਸੀ। ਉਸਦੀ ਬੰਸ਼ ਦੇ ਲੋਕ ਪਹਿਲਾਂ ਰਾਜਸਥਾਨ ਅਤੇ ਫਿਰ ਪੰਜਾਬ ਦੇ ਬਠਿੰਡਾ ਖੇਤਰ ਵਿੱਚ ਆ ਗਏ। ਹੁਣ ਵੀ ਬਠਿੰਡਾ ਦੇ ਦੱਖਣੀ ਇਲਾਕੇ ਵਿੱਚ ਢਿੱਲੋਂ ਜੱਟ ਕਾਫ਼ੀ ਗਿਣਤੀ ਵਿੱਚ ਨੇ। ਮੋਗੇ ਦੇ ਢਿੱਲੋਂ ਜੱਟ ਬਹੁਤ ਹੀ ਪ੍ਰਭਾਵਸ਼ਾਲੀ ਜੱਟ ਨੇ। ਇਹਨਾਂ ਨੇ ਉੱਨਤੀ ਦੀਆਂ ਬਹੁਤ ਹੀ ਸਿਖਰਾਂ ਨੂੰ ਛੂਹਿਆ ਹੈ। B.S. ਦਾਹੀਆ ਢਿੱਲੋਂ ਗੋਤ ਦੇ ਜੱਟਾਂ ਨੂੰ ਭਾਰਤ ਦਾ ਇੱਕ ਬਹੁਤ ਹੀ ਪੁਰਾਣਾ ਕਬੀਲਾ ਮੰਨਦਾ ਹੈ। ਇਹ ਸਿਕੰਦਰ ਦੇ ਹਮਲੇ ਸਮੇਂ ਭਾਰਤ ਵਿੱਚ ਵਸਦੇ ਸਨ। 19ਵੀਂ ਸਦੀ ਤੋਂ ਵੀ ਪਹਿਲਾਂ ਯੂਰਪ ਵਿੱਚ ਇਸ ਭਾਈਚਾਰੇ ਦੇ ਲੋਕ ਭਾਰਤ ਵਿੱਚੋਂ ਹੀ ਗਏ ਸਨ। ਢਿੱਲੋਂ ਸਿੱਖ ਰਾਜਵੰਸ਼ ਅਤੇ ਉਹਨਾਂ ਦੇ ਕਬੀਲੇ ਨੇ ਭੰਗੀ ਮਿਸਲ ਦੀ ਸਥਾਪਨਾ ਕੀਤੀ, ਜਿਸ ਨੇ 18ਵੀਂ ਸ਼ਤਾਬਦੀ ਵਿੱਚ ਅੰਮ੍ਰਿਤਸਰ, ਲਾਹੌਰ, ਮੁਲਤਾਨ, ਝੰਗ, ਪੇਰਾ, ਰਾਵਲਪਿੰਡੀ, ਹਸਨ ਅਬਦਾਲ ਸਮੇਤ ਪੰਜਾਬ ਦੇ ਜ਼ਿਆਦਾਤਰ ਪ੍ਰਮੁੱਖ ਸ਼ਹਿਰਾਂ 'ਤੇ ਸ਼ਾਸਨ ਕੀਤਾ। B.S. ਦਾਹੀਆ ਇਹ ਵੀ ਲਿਖਦੇ ਨੇ ਕਿ ਢਿੱਲੋਂ ਪੁਰਾਣੇ ਇਤਿਹਾਸ ਦਾ ਇੱਕ ਮਹੱਤਵਪੂਰਨ ਕਬੀਲਾ ਤਾਂ ਹੈ ਹੀ, ਨਾਲ ਹੀ ਇਹ ਵੀ ਤੱਥ ਹੈ ਕਿ ਢਿੱਲੋਂ ਯੂਰਪੀ ਆਬਾਦੀ ਡਿਲਨ ਵਿੱਚ ਵੀ ਪਾਏ ਜਾਂਦੇ ਨੇ। ਇੱਥੋਂ ਇਹ ਪਤਾ ਲੱਗਦਾ ਹੈ ਕਿ ਢਿੱਲੋਂ ਈਸਾਈ ਯੁੱਗ ਤੋਂ ਵੀ ਪੁਰਾਣੇ ਰਹੇ ਹੋਣਗੇ। ਇਤਿਹਾਸਕਾਰਾਂ ਅਨੁਸਾਰ ਦਿੱਲੀ ਸ਼ਹਿਰ ਦਾ ਨਾਮ ਢਿੱਲੋਂ ਦੇ ਨਾਮ 'ਤੇ ਹੀ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਇਸ 'ਤੇ ਚੌਹਾਨਾਂ ਨੇ ਕਬਜ਼ਾ ਕਰ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਢਿੱਲੋਂ ਗੋਤ ਦੇ ਜੱਟਾਂ ਨੇ ਦਿੱਲੀ ਵਸਾਈ ਸੀ ਅਤੇ 1400 ਸਾਲ ਤੱਕ ਰਾਜ ਕੀਤਾ। ਇਹਨਾਂ ਦੇ ਨਾਮ 'ਤੇ ਹੀ ਢਿਲਕਾਪੁਰੀ ਨਾਮ ਪਿਆ ਸੀ, ਜੋ ਮੁਗਲਾਂ ਦੇ ਸਮੇਂ ਦਿੱਲੀ ਹੋ ਗਿਆ ਸੀ। ਜੇ ਗੱਲ ਕਰੀਏ ਧਰਮ ਦੇ ਆਧਾਰ 'ਤੇ ਵਖਰੇਵੇਂ ਬਾਰੇ ਤਾਂ ਇਹਨਾਂ ਨੇ ਵੱਖ ਵੱਖ ਇਲਾਕੇ ਮੱਲੇ ਹੋਏ ਨੇ। ਢਿੱਲੋਂ ਜ਼ਿਆਦਾਤਰ ਸਿੱਖ ਜਾਂ ਮੁਸਲਿਮ ਨੇ। ਪੰਜਾਬ ਅਤੇ ਹਰਿਆਣਾ ਵਿੱਚ ਢਿੱਲੋਂ ਜ਼ਿਆਦਾਤਰ ਸਿੱਖ ਹੀ ਨੇ। ਪਾਕਿਸਤਾਨ ਵਿੱਚ ਢਿੱਲੋਂ ਜ਼ਿਆਦਾਤਰ ਮੁਸਲਿਮ ਨੇ। ਜੰਮੂ ਦੇ ਸਾਂਬਾ ਅਤੇ ਆਰਐਸਪੁਰਾ ਦੇ ਇਲਾਕੇ ਵਿੱਚ ਹਿੰਦੂ ਢਿੱਲੋਂ ਨੇ। ਇਸ ਤੋਂ ਇਲਾਵਾ ਹਰਿਆਣਾ ਦੇ ਸਿਰਸਾ, ਹਿਸਾਰ, ਅੰਬਾਲਾ ਅਤੇ ਕਰਨਾਲ ਖੇਤਰਾਂ ਵਿੱਚ ਜ਼ਿਆਦਾਤਰ ਢਿੱਲੋਂ ਸਿੱਖ ਹਨ। ਸਿਆਲਕੋਟ, ਲਾਹੌਰ ਅਤੇ ਗੁਜਰਾਂਵਾਲਾ ਵਿੱਚ ਜ਼ਿਆਦਾਤਰ ਲੋਕਾਂ ਨੇ ਇਸਲਾਮ ਨੂੰ ਅਪਣਾ ਲਿਆ ਹੈ।